ਕੈਨੇਡਾ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਵੱਡੇ ਵਪਾਰੀਆਂ ਨੂੰ ਖਾਸ ਤੌਰ 'ਤੇ ਪੰਜਾਬੀ ਭਾਈਚਾਰੇ ਵਿੱਚ ਧਮਕੀਆਂ ਦੇਣ, ਉਹਨਾਂ ਤੋਂ ਫਿਰੌਤੀਆਂ ਮੰਗਣ ਦੇ ਮਾਮਲੇ ਹੁਣ ਤੱਕ ਕਾਫੀ ਗਿਣਤੀ 'ਚ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਦੇ ਉੱਤੇ ਠੱਲ ਵੀ ਪਈ ਹੈ। ਇਸ ਦਾ ਦਾਅਵਾ ਅਧਿਕਾਰਤ ਤੌਰ 'ਤੇ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਖਾਸ ਤੌਰ 'ਤੇ ਸਾਲ 2023 ਦੇ ਅੰਤ ਵਿੱਚ ਇਹ ਮਾਮਲੇ ਜ਼ਿਆਦਾ ਗਿਣਤੀ 'ਚ ਸਾਹਮਣੇ ਆਏ, ਜਿਸ ਤੋਂ ਬਾਅਦ ਐਡਮੰਟਨ ਪੁਲਿਸ ਨੇ ਇੱਥੋਂ ਤੱਕ ਖੁਲਾਸਾ ਕਰ ਦਿੱਤਾ ਸੀ ਜਾਂਚ ਦੌਰਾਨ ਕਿ ਭਾਰਤ ਵਿੱਚ ਬੈਠੇ ਜੋ ਇੱਕ ਸੰਗਠਨ ਹੈ ਉਸਦੇ ਨਾਲ ਇਸਦੇ ਲਿੰਕ ਜੁੜਦੇ ਨੇ, ਜਿਸ ਤੋਂ ਬਾਅਦ ਇਸ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ। ਅਤੇ ਇਸਦੇ ਨੂੰ ਲੈ ਕੇ ਅਸੀਂ ਲੋਕ ਸਭਾ ਮੈਂਬਰ ਰਣਦੀਪ ਸਿੰਘ ਸਰਾਏ ਨੂੰ ਵੀ ਸਵਾਲ ਪੁੱਛੇ ਸਨ। ਉਹਨਾਂ ਨੇ ਇਸ ਸੰਬੰਧੀ ਕੀ ਦੱਸਿਆ ਕਿ ਕੀ ਅਪਡੇਟ ਹੈ, ਜੋ ਕੈਨੇਡਾ ਸਰਕਾਰ ਦੇ ਵੱਲੋਂ ਕਿਹੋ ਜਿਹੇ ਕਦਮ ਚੁੱਕੇ ਜਾ ਰਹੇ ਨੇ ਤੇ ਕੀ ਨਤੀਜਾ ਨਿਕਲ ਰਿਹਾ ਹੈ, ਉਹ ਤੁਹਾਨੂੰ ਸੁਣਾਉਂਦੇ ਹਾਂ। ਸ੍ਰੀ ਡੋਮਨਿਕ ਲਬਲਾਂਕ ਹੁਣ ਵੀ ਇੱਥੇ ਹੋ ਕੇ ਗਏ। ਮੈਂ ਆਪ ਉਹਨਾਂ ਨਾਲ ਖੁਦ ਪਰਮਜੀਤ ਬੈਂਸ ਦੇ ਨਾਲ, ਪਰਮ ਬੈਂਸ ਐਮ ਪੀ ਰਿਚਮਨ ਵਾਲੇ, ਅਸੀਂ ਇਕੱਠਿਆਂ ਨੇ ਉਹਨਾਂ ਨਾਲ ਗੱਲ ਕੀਤੀ ਉਹਦੇ ਉੱਤੇ ਹੋਰ ਅਪਡੇਟ ਲਈ। ਉੱਤੇ ਸਾਡੇ ਬੀ ਸੀ ਦੇ ਜਿਹੜੇ ਸਰੀ ਦੇ ਪੁਲਿਸ ਚੀਫ ਆ ਬ੍ਰਾਇਨ ਐਡਵਰਡਸ, ਉਹਨਾਂ ਨੇ ਦੱਸਿਆ ਤਕਰੀਬਨ 2 ਲੱਖ ਘੰਟੇ ਤੇ ਆਲਰੇਡੀ ਕੰਮ ਕਰ ਚੁੱਕੇ ਆ, ਔਰ ਆਈ ਥਿੰਕ ਓਵਰ 20,000 ਆਫਿਸਰ 20,000 ਆਵਰਸ ਇੱਥੇ ਕੰਮ ਕਰ ਚੁੱਕੇ ਆ, ਔਰ 200 ਦੇ ਤਕਰੀਬਨ ਪੁਲਿਸ ਆਫਿਸਰਸ ਹੈਗੇ ਆ। ਐਡਮਿੰਟਨ ਨੇ ਵੀ ਟਾਸਕ ਫੋਰਸ, ਔਰ ਆਈ ਥਿੰਕ ਬ੍ਰੈਂਪਟਨ ਨੇ ਵੀ, ਔਰ ਹੁਣ ਨੈਸ਼ਨਲ ਕੋਆਰਡੀਨੇਟਡ ਵੀ ਇਹਦੀ ਫੈਸਿਲਿਟੀ ਕਰ ਰਿਹਾ, ਔਰ ਪ੍ਰੋਵਿੰਸ ਨੇ ਤਾਂ ਫੈਡਰਲ ਗਵਰਨਮੈਂਟ ਨੇ ਇਹਦੇ ਬਾਰੇ ਕਾਫੀ ਗੱਲਾਂ ਕੀਤੀਆਂ। ਇੱਥੇ ਵੀ ਜੋ ਡੋਮਨਿਕ ਲਬਲਾਂਕ ਆਏ ਸੀ, ਨਹੀਂ ਮਿਨਿਸਟਰ ਫਾਰਨਵਰਥ ਨਾਲ ਇਹਦੇ ਬਾਰੇ ਗੱਲ ਕੀਤੀ, ਔਰ ਆਈ ਥਿੰਕ ਕਾਫੀ ਹੱਦ ਤੇ ਆਲਰੇਡੀ ਸਾਡੇ ਬੀ ਸੀ ਦੇ ਵਿੱਚ ਜੇ ਕਹੋ ਤਾਂ ਕਾਫੀ ਕੰਟਰੋਲ 'ਚ। ਆਈ ਥਿੰਕ ਪੁਲਿਸ ਚੀਫ ਦੇ ਮੁਤਾਬਕ ਨਵੰਬਰ ਤੋਂ ਬਾਅਦ ਕੋਈ ਹੋਰ ਨਵੀਂ ਘਟਨਾ ਸ਼ੂਟਿੰਗ ਇੰਸੀਡੈਂਟ ਜਾਂ ਨਹੀਂ, ਪਰ ਹੁਣ ਕਈ ਵਾਰੀ ਖਿਆਲ ਵੀ ਰੱਖਣਾ ਪੈਂਦਾ ਕਿ ਕਾਪੀ ਕੈਟ ਵਾਲੇ ਹੈਗੇ ਆ ਕਿ ਉਹਦੇ ਚਿੱਠੀ ਭੇਜ ਦਿੰਦੇ ਜਾਂ ਕੁਛ ਹੋਰ, ਉਹ ਜ਼ਰੂਰ ਪੁਲਿਸ ਨੂੰ ਰਿਪੋਰਟ ਕਰੋ, ਔਰ ਮੇਕ ਸ਼ੋਰ ਇਹਨਾਂ ਨੂੰ ਨਾ ਤੁਸੀਂ ਕੋਈ ਦਿਓ ਆਪਣੀ ਐਕਸਟ੍ਰੋਸ਼ਨ ਦੇ ਫੰਡਸ, ਐਂਡ ਫਿਰ ਇਹ ਕੰਟਰੋਲ 'ਚ ਆਊਗੀ। ਜਿੱਥੇ ਤੁਸੀਂ ਦੇਖਿਆ ਕਿ ਦੇ 'ਤੇ ਉੱਥੇ ਜਰਾ ਕੁ ਫਾਇਰਿੰਗ ਜਾਂ ਅੱਤਿਆਚਾਰ ਜ਼ਿਆਦਾ ਹੋਇਆ, ਜਦੋਂ ਇਹ ਸਟੋਪ ਹੋ ਗਿਆ ਉਸੇ ਵੇਲੇ ਇਹ ਕਹਿ ਲਓ ਜਿਹੜਾ ਐਕਸਟ੍ਰੋਸ਼ਨ ਟਾਈਪ ਆਫ ਬਿਜ਼ਨਸ ਆ ਇਹ ਉਸੇ ਵੇਲੇ ਘੱਟ ਗਿਆ। ਸੋ ਆਈ ਥਿੰਕ ਜਦੋਂ ਲੋਕਾਂ ਨੂੰ ਜਾਗਰਤ ਆਈ, ਪੁਲਿਸ ਨੇ ਦਾ ਉਹਨੇ ਸਹਾਰਾ ਲਿਆ, ਐਂਡ ਆਈ ਥਿੰਕ ਪੁਲਿਸ ਨੇ ਕਾਫੀ ਸਪੋਰਟ ਵੀ ਕੀਤੀ ਹੈ, ਇਹ ਕਾਫੀ ਕੰਟਰੋਲ ਦੇ ਵਿੱਚ ਆ ਗਿਆ, ਔਰ ਸਾਨੂੰ ਅਸ਼ੋਰਿਟੀ ਮਿਲੀ ਕਿ ਇਹ ਖਤਮ ਹੋ ਜਾਊਗਾ। ਪਰ ਅਗੈਨ ਇਹਦੇ 'ਚ ਹਾਂ ਇੰਡੀਅਨ ਕੰਪੋਨੈਂਟ ਹੈਗਾ, ਇੰਡੀਅਨ ਪ੍ਰਿਜ਼ਨ ਤੋਂ ਇੱਕ ਵਿਅਕਤੀ ਇਹਦੀ ਜ਼ਿੰਮੇਵਾਰੀ ਲੈ ਰਿਹਾ, ਐਡਮਿੰਟਨ ਦੇ ਵਿੱਚ ਵੀ ਪੁਲਿਸ ਨੇ ਕਨਫਰਮ ਕੀਤਾ, ਇੱਥੇ ਐਬਸਫਰਡ ਦੀ ਪੁਲਿਸ ਨੇ ਵੀ ਇਹ ਗੱਲ ਕਨਫਰਮ ਕੀਤੀ ਸੀ ਆਪਣੇ ਟਵੀਟ ਦੇ ਵਿੱਚ। ਸੋ ਹੋਪਫੁਲੀ ਸਾਡੇ ਜਿਹੜੇ ਇੰਡੀਅਨ ਕਾਊਂਟਰ ਪਾਰਟਸ ਆ ਉਹ ਵੀ ਇੱਥੇ ਉੱਤੇ ਗੌਰ ਨਾਲ ਦੇਖਣ, ਤਾਂ ਕਿ ਇਹ ਨਾ ਹੋਵੇ ਕਿ ਉੱਥੇ ਦੇ ਗੈਂਗਸਟਰਸ ਕੈਨੇਡਾ ਦੇ ਵਿੱਚ ਨੈਗੇਟਿਵਲੀ ਇਸ ਟਾਈਪ ਆਫ ਫੀਅਰ ਐਂਡ ਥਰੈਟਸ ਇੱਥੇ ਪੈਦਾ ਕਰਨ।